ਇਹ ਬਿਲਕੁਲ ਬੇਬੁਨਿਆਦ ਵੀਡੀਓ ਹੈ ਜੀ। ਮੈਂ ਖੁਦ ਸਿੱਖ ਧਰਮ ਨਾਲ ਸੰਬੰਧ ਰੱਖਦਾ, ਬਹੁਤਾ ਸਟਾਫ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲਾ ਹੈ। ਇਸ ਸਕੂਲ ਵਿੱਚ 2500 ਦੇ ਲਗਭਗ ਵਿਦਿਆਰਥੀਆਂ ਦੀ ਗਿਣਤੀ ਹੈ। ਕਦੇ ਵੀ ਅਜਿਹੀ ਸਮੱਸਿਆ ਪਹਿਲਾਂ ਕ੍ਰੀਏਟ ਨਹੀਂ ਹੋਈ। ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚੇ ਦੇ ਸੱਟ ਲੱਗ ਜਾਣ ਕਾਰਨ ਬੱਚਿਆਂ ਅਤੇ ਮਾਪਿਆਂ ਨੂੰ ਭਾਰੇ ਅਤੇ ਤਿੱਖੇ ਕੜੇ ਨਾ ਪਹਿਨਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਸੀ। ਅਤੇ ਇਸ ਸਕੂਲ ਵਿੱਚ ਕਿਸੇ ਵੀ ਬੱਚੇ ਨੂੰ ਨਾ ਕੜੇ ਤੋਂ ਰੋਕਿਆ ਜਾਂਦਾ ਹੈ। ਇਸ ਤਰ੍ਹਾਂ ਦੀ ਜਿਹੜੀ ਵੀਡੀਓ ਹੈ ਉਹ ਬੇਬੁਨਿਆਦ ਹੈ। ਅਗਲੀ ਗੱਲ ਇਹ ਵੀ ਉਹ ਵਿਅਕਤੀ ਜਿਹਨੇ ਵੀਡੀਓ ਵਾਇਰਲ ਕੀਤੀ ਹੈ ਉਸਦਾ ਕੋਈ ਵੀ ਬੱਚਾ ਇਸ ਸਕੂਲ ਵਿੱਚ ਨਹੀਂ ਪੜ੍ਹਦਾ। ਉਹ ਕਿਸੇ ਪੇਰੈਂਟਸ ਦੇ ਨਾਲ ਅੰਦਰ ਆਇਆ ਸੀ ਅਤੇ ਆਪਣੀ ਵੀਡੀਓ ਬਣਾ ਕੇ ਉਹਨੇ ਵਾਇਰਲ ਕੀਤੀ ਹੈ। ਉਹ ਬਿਲਕੁਲ ਬੇਬੁਨਿਆਦ ਹੈ। ਜਿਹੜੇ ਕੜੇ ਇਕੱਠੇ ਕੀਤੇ ਨੇ ਉਹ ਮਾਪਿਆਂ ਨੂੰ ਸੌਂਪਣੇ ਸੀ ਜਾਂ ਬੱਚਿਆਂ ਨੂੰ ਕਿਸ ਤਰ੍ਹਾਂ ਕੀ ਕਰਨਾ ਸੀ? ਜਿਹੜੀ ਵੀਡੀਓ ਦੱਸੀ ਗਈ, ਜਿਹੜੇ ਉਹ ਭਾਰੇ ਕੜੇ ਸੀ ਉਹ ਵਿਦਿਆਰਥੀਆਂ ਦੇ ਉਹਨਾਂ ਦੀ ਸਹਿਮਤੀ ਨਾਲ ਹੀ ਲਏ ਸੀ ਅਤੇ ਇਹ ਕਿਹਾ ਗਿਆ ਸੀ ਵੀ ਆਪਣੇ ਮਾਪਿਆਂ ਨੂੰ ਨਾਲ ਲੈ ਆਂਦਾ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਤੁਹਾਡਾ ਜਿਹੜਾ ਕੜਾ ਹੈ ਉਹ ਬਹੁਤ ਵੱਡਾ ਤਿੱਖਾ ਹੈ ਅਤੇ ਭਾਰਾ ਹੈ। ਅਤੇ ਇਸ ਤਰ੍ਹਾਂ ਪਹਿਲਾਂ ਇੱਕ ਬੱਚੇ ਦੇ ਲੱਗ ਚੁੱਕਿਆ ਸੀ। ਬਿਲਕੁਲ ਜੀ, ਸਿੱਖਿਆ ਸੰਸਥਾਵਾਂ ਦਾ ਜਿਹੜਾ ਮਤਲਬ ਹੈ ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਹੈ, ਨਾ ਕਿ ਕਿਸੇ ਨਾਲ ਪੱਖਪਾਤ ਕਰਨਾ। ਅਧਿਆਪਕ ਆਪਣੀ ਜ਼ਿੰਦਗੀ 'ਚ ਕਦੇ ਵੀ ਕਿਤੇ ਪੱਖਪਾਤੀ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਲੈਣੀਆਂ ਬੇਹੱਦ ਗਲਤ ਨੇ, ਜਿਹਦੇ ਨਾਲ ਸਾਡੇ ਅਕਸ ਨੂੰ ਵੀ ਢਾਹ ਲੱਗਦੀ ਹੈ ਅਤੇ ਧਰਮ ਦਾ ਜਿਹੜਾ ਮਸਲਾ ਹੈ ਉਹ ਗਲਤ ਢੰਗ ਨਾਲ ਉਠਾਇਆ ਜਾਂਦਾ।